ਪਾਠ ਪਹਿਲਾ ਸਾਡੇ ਆਲੇ ਦੁਆਲੇ ਦੇ ਪਦਾਰਥ। ਸਭ ਤੋਂ ਪਹਿਲਾਂ ਅਸੀਂ ਇਸ ਪਾਠ ਦੇ ਸਿਲੇਬਸ ਬਾਰੇ ਜਾਣਾਂਗੇ। ਇਸ ਪਾਠ ਦਾ ਸਿਲੇਬਸ ਦੇ ਵਿੱਚ ਮੁੱਖ ਰੂਪ ਵਿੱਚ ਪਦਾਰਥਾਂ ਦਾ ਭੌਤਿਕ ਰੂਪ, ਪਦਾਰਥਾਂ ਦੇ ਕਣਾਂ ਦੇ ਮੁੱਖ ਗੁਣ, ਪਦਾਰਥ ਦੀਆਂ ਅਵਸਥਾਵਾਂ, ਕੀ ਪਦਾਰਥ ਆਪਣੀ ਅਵਸਥਾ ਬਦਲ ਸਕਦੇ ਹਨ, ਵਾਸ਼ਪੀਕਰਨ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ, ਵਾਸ਼ਪੀਕਰਨ ਨਾਲ ਠੰਡਕ ਕਿਵੇਂ ਪੈਦਾ ਹੁੰਦੀ ਹੈ ਅਤੇ ਅਸੀਂ ਗਰਮੀਆਂ ਵਿੱਚ ਸੂਤੀ ਕੱਪੜੇ ਕਿਉਂ ਪਹਿਨਦੇ ਹਾਂ ਬਾਰੇ ਪੜ੍ਹਿਆ ਜਾਣਾ ਹੈ। ਜਿਸ ਤਰ੍ਹਾਂ ਕਿ ਸਾਨੂੰ ਪਤਾ ਲੱਗ ਚੁੱਕਾ ਹੈ ਕਿ ਸਾਡੀ ਨੌਵੀਂ ਜਮਾਤ ਦੇ ਪਹਿਲੇ ਪਾਠ ਦਾ ਨਾਮ ਸਾਡੇ ਆਲੇ ਦੁਆਲੇ ਦੇ ਪਦਾਰਥ ਹੈ। ਅਸੀਂ ਇਸ ਪਾਠ ਵਿੱਚ ਸਾਡੀ ਨਜ਼ਦੀਕ ਦੀਆਂ ਸਾਰੀਆਂ ਵਸਤੂਆਂ ਜਿਵੇਂ ਕੁਰਸੀ, ਮੇਜ਼, ਹਵਾ, ਪਾਣੀ, ਭੋਜਨ, ਮਿੱਟੀ ਆਦਿ ਬਾਰੇ ਪੜ੍ਹਾਂਗੇ। ਇਸ ਪਾਠ ਦਾ ਮੁੱਖ ਮੰਤਵ ਇਹਨਾਂ ਪਦਾਰਥਾਂ ਦੇ ਮੁੱਢ ਮੂਲ ਬਾਰੇ ਜਾਣਨਾ ਹੋਵੇਗਾ, ਅਰਥਾਤ ਅਸੀਂ ਪਤਾ ਲਗਾਉਣਾ ਹੋਵੇਗਾ ਕਿ ਪਦਾਰਥ ਅਸਲ ਵਿੱਚ ਕਿਸ ਤੋਂ ਬਣਿਆ ਹੈ। ਆਓ ਅਸੀਂ ਸਭ ਤੋਂ ਪਹਿਲਾਂ ਪਦਾਰਥ ਨੂੰ ਪਰਿਭਾਸ਼ਿਤ ਕਰੀਏ। ਇਸ ਬ੍ਰਹਿਮੰਡ ਵਿੱਚ ਮੌਜੂਦ ਹਰ ਇੱਕ ਵਸਤੂ ਜਿਸ ਦਾ ਪੁੰਜ ਹੈ ਅਤੇ ਜੋ ਥਾਂ ਘੇਰਦੀ ਹੈ ਉਹ ਪਦਾਰਥ ਜਾਂ ਮਾਦਾ ਕਹਾਉਂਦੀ ਹੈ। ਅਗਲਾ ਪ੍ਰਸ਼ਨ ਇਹ ਹੈ ਕਿ ਪਦਾਰਥ ਦੇ ਕਿੰਨੇ ਰੂਪ ਜਾਂ ਅਵਸਥਾਵਾਂ ਹੁੰਦੀਆਂ ਹਨ। ਪਦਾਰਥ ਦੀਆਂ ਤਿੰਨ ਅਵਸਥਾਵਾਂ ਹੁੰਦੀਆਂ ਹਨ, ਠੋਸ, ਦ੍ਰਵ ਅਤੇ ਗੈਸ। ਪਦਾਰਥ ਅਰਥਾਤ ਠੋਸ, ਦ੍ਰਵ ਅਤੇ ਗੈਸੀ ਵਸਤੂਆਂ, ਇਹ ਤਿੰਨੋਂ ਪ੍ਰਕਾਰ ਦੀਆਂ ਵਸਤੂਆਂ ਬਹੁਤ ਹੀ ਛੋਟੇ ਛੋਟੇ ਕਣਾਂ ਤੋਂ ਮਿਲ ਕੇ ਬਣੀਆਂ ਹੁੰਦੀਆਂ ਹਨ। ਇਹਨਾਂ ਛੋਟੇ ਛੋਟੇ ਕਣਾਂ ਨੂੰ ਅਣੂ ਕਿਹਾ ਜਾਂਦਾ ਹੈ। ਪਦਾਰਥ ਦੇ ਕਣਾਂ ਦੇ ਮੁੱਖ ਗੁਣ। ਨੰਬਰ 1, ਪਦਾਰਥ ਦੇ ਕਣ ਨਿਰੰਤਰ ਗਤੀਸ਼ੀਲ ਹੁੰਦੇ ਹਨ। ਨੰਬਰ 2, ਪਦਾਰਥ ਦੇ ਕਣ ਇੱਕ ਦੂਜੇ ਨੂੰ ਆਕਰਸ਼ਿਤ ਕਰਦੇ ਹਨ। ਨੰਬਰ 3, ਪਦਾਰਥ ਦੇ ਕਣਾਂ ਵਿੱਚ ਖਾਲੀ ਥਾਵਾਂ ਹੁੰਦੀਆਂ ਹਨ। ਨੰਬਰ 4, ਤਾਪਮਾਨ ਵਧਾਉਣ ਨਾਲ ਕਣਾਂ ਦੀ ਗਤਿਜ ਊਰਜਾ ਵੱਧ ਜਾਂਦੀ ਹੈ।